ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਯੂਟਿਊਬ ਚੈਨਲ ਜਿਹਦਾ ਨਾਂ ਹੈ ਗੋਪੀ ਖਾਪੜੇ ਖੇੜੀ। ਅਤੇ ਅੱਜ ਦਾ ਵਲੋਗ ਲੱਗੇ ਆਪਾਂ ਮੋਰਨਿੰਗ ਸਵੇਰੇ ਸਵੇਰੇ ਸਟਾਰਟ ਕਰਨ, ਅਤੇ ਆਪਾਂ ਉੱਠ ਗਿਆ ਸੀ, ਆਪਾਂ ਨਾਸ਼ਤਾ ਵਗੈਰਾ ਕਰ ਲਿਆ ਵਾ, ਪਰ ਮੈਂ ਕਰ ਲਿਆ, ਗੋਪੂ ਨੇ ਅਜੇ ਕਰਨਾ ਵਾ ਨਾਸ਼ਤਾ। ਅਤੇ ਗੋਪੂ ਹੁੰਦੇ ਪਏ ਆ ਤਿਆਰ, ਕਿਉਂਕਿ ਅੱਜ ਇਹ ਚੱਲੇ ਆ ਲੁਧਿਆਣੇ, ਕੋਈ ਜ਼ਰੂਰੀ ਕੰਮ ਚੱਲੇ ਆ, ਕੰਮ ਆ ਕੋਈ, ਅਤੇ ਤਦ ਕਰਕੇ ਚੱਲੇ ਆ, ਇਕੱਲੇ ਚੱਲੇ, ਮੈਂ ਨਹੀਂ ਜਾਊਂਗੀ ਕਿਉਂਕਿ ਗਰਮੀ ਬਹੁਤ ਆ। ਹਾਂਜੀ, ਹੋ ਗਏ ਰੈਡੀ? ਅਤੇ ਇੱਧਰ ਗੋਪੂ ਹੋ ਗਿਆ ਰੈਡੀ, ਕਰੀਮਾ ਸ਼ੀਮਾ ਵਾਚ। ਫਿਰ ਕਦੋਂ ਕਹੋਗੇ ਹੈਂ? ਟਾਈਮ ਨਾਲ ਹੀ ਆ ਜਾਓ, ਠੀਕ ਆ? ਫਿਰ ਕੰਮ 'ਤੇ ਵੀ ਜਾਣਾ, ਪਹਿਲਾਂ ਤਾਂ ਜਾਣਾ ਹੀ ਇਹਨਾਂ ਨੇ ਸ਼ਨੀਵਾਰ, ਅਤੇ ਫਿਰ ਪਤਾ ਲੱਗਿਆ ਵੀ ਐਤਵਾਰ ਦੀਆਂ ਵੋਟਾਂ ਆ, ਅਤੇ ਰੋਲੇ ਰੂਲੇ ਦਾ ਇਹਨਾਂ ਦੇ ਪਤਾ ਨਹੀਂ ਹੁੰਦਾ ਹੈਗਾ, ਮੱਥੇ ਤੋਂ ਵੀ ਸਾਫ਼ ਕਰੋ, ਅਤੇ ਤਦ ਕਰਕੇ ਅੱਜ ਹੀ ਚੱਲੇ ਆ, ਤਦ ਕਰਕੇ ਇਹ ਅੱਜ ਹੀ ਚੱਲੇ ਆ। ਮੈਨੂੰ ਤਾਂ ਕਹਿੰਦੇ ਕੋਈ ਕੰਮ ਆ ਮੈਨੂੰ ਜ਼ਰੂਰੀ, ਅਤੇ ਮੈਂ ਕਿਹਾ ਕੋਈ ਗੱਲ ਨਹੀਂ। ਕਾਹਦਾ ਕਿਹੜਾ ਕੰਮ ਆ? ਕੋਈ ਕੰਮ ਹੀ ਆ, ਬੋਲ ਤੋਂ ਲਾਓ ਕਰੀਮ ਇੱਥੇ। ਹਾਂ, ਬੂਟ ਪਾ ਲਓ, ਜਰਾਬਾਂ ਪਈਆਂ ਲਓ ਜੀ। ਹਾਂ, ਹੈਪੀ ਆ ਰਹਾ ਨੂੰ ਕਿਵੇਂ ਦੱਸ, ਕੱਤਾ ਪੋਣੀਆਂ ਮੈਨੂੰ ਪੋਣੀਆਂ ਚ ਦਿਸਦਾ ਏ ਤੂੰ, ਕੱਤਦੀ ਨੂੰ ਉਹਦੀ ਸੰਗ ਵੇ, ਹੱਸ ਜਾਣ ਜਾਣ ਵੇਖ ਮੇਰਾ ਮੂੰਹ। ਗੱਭਰੂ ਨੱਚਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਆ, ਬਹੁਤ ਹੀ ਜ਼ਿਆਦਾ। ਪਾਓ ਪਾਓ ਛੇਤੀ ਸੋਕਸ ਅਤੇ ਜਾਓ, ਫਿਰ ਟਾਈਮ ਵਾਹਵਾ ਹੋਈ ਜਾਂਦਾ, ਅਤੇ ਧੁੱਪ ਹੋ ਜਾਣੀ ਆ। ਸ਼ੂਜ਼ ਕਿਹੜੇ ਪਾਉਣੇ ਆ? ਬਲੈਕ। ਉੱਧਰ ਆਪਾਂ ਸੁਣਦੇ ਪਏ ਗਾਣੇ, ਪਹਿਲਾਂ ਮੈਂ ਗੋਪੂ ਨੂੰ ਆਪਾਂ ਗਾਹ ਕੱਢ ਕੇ ਦਿੱਤੀ ਸੀ, ਕਹਿੰਦੇ ਗੋਪੂ ਗਏ ਪਾਪਾ ਵੀ ਆ ਗਏ ਆ, ਗੋਪੂ ਗਏ ਬੂਟ ਕੱਢਣ, ਲੱਭੇ ਨਹੀਂ, ਉੱਪਰੋਂ ਲਾ ਲਓ ਫਿਰ। ਕੈਲੀਫੋਰਨੀਆ ਇੱਥੇ ਤਾਂ ਸਾਰੇ ਮੇਰੇ ਆ, ਤੁਹਾਡੇ ਮੈਂ ਡੱਬਿਆਂ 'ਚ ਪਾ ਕੇ ਰੱਖੀ। ਹੋ ਗਏ ਸਾਫ਼? ਧੋ ਕੇ ਨਾ, ਲੁੱਕ ਜੀ ਇਹਨਾਂ ਦੀ ਖਰਾਬ ਹੁੰਦੀ ਆ, ਬੁਰਸ਼ ਬਰਸ਼ ਮਾਰ ਕੇ। ਗੋਪੂ ਦੱਸੋ ਫਿਰ ਕਿਹੜੇ ਕੰਮ ਚੱਲੇ, ਮੈਨੂੰ ਦੱਸਦੇ ਨਹੀਂ ਇਹ, ਹੈਂ ਦੱਸ ਦਿਓ ਮੈਨੂੰ। ਮੇਰੇ ਵਾਸਤੇ ਸੋਨੇ ਦੀਆਂ ਵਾਲੀਆਂ, ਸੋਨੇ ਸੋਨੇ ਦੀਆਂ
ਰਿੰਗ ਸੋਨੇ ਦੀ ਹੱਥ ਖਾਲੀ ਮੇਰੇ ਰਿੰਗ ਆਊਗੀ ਸੋਨੇ ਦੀ ਮੇਰੇ ਵਾਸਤੇ ਫਿਰ ਕਿਹੜੀ ਆ ਗੋਪੂ ਦੇ ਗੁਲਾਬ ਜਲਦੀ ਸੀ ਜੀ ਹੈ ਹੁਣੇ ਦੱਸ ਦੋ ਜਾਣ ਕੇ ਨਹੀਂ ਦੱਸਣਾ ਕੰਮ ਤਾਂ ਕੋਈ ਹੋਰ ਆ ਸਰਪ੍ਰਾਈਜ਼ ਦਾ ਤਾਂ ਬਸ ਬਹਾਨਾ ਹੀ ਆ ਵੀ ਮੈਨੂੰ ਇਹ ਕਹੇ ਨਾ ਵੀ ਕਿਉਂ ਚੱਲੇ ਇਕੱਲੇ ਵੀ ਮੈਂ ਵੀ ਜਾਣਾ ਮੈਨੂੰ ਵੀ ਲੈ ਜਾਓ ਕਿਉਂ ਫਿਰ ਕੀ ਹੋ ਗਿਆ ਤੁਹਾਡੇ ਲਈ ਧੁੱਪ ਨੀ ਮੇਰੇ ਇਕੱਲੀ ਲਈ ਧੁੱਪ ਆ ਬਸ ਫਿਰ ਇਹ ਤਾਂ ਝੂਠੀ ਆ ਸਿੱਖਣੀਆਂ ਚੱਲੇ ਫਿਰ ਕਰਾਂ ਕਿੱਟ ਚ ਪਾ ਮੈਂ ਕੱਪੜੇ ਚਲੋ ਓਕੇ ਦੇ ਗਾਈਜ਼ ਮਿਲਦੇ ਵੀ ਤੁਹਾਨੂੰ ਥੋੜੀ ਦੇਰ ਤੱਕ ਓਕੇ ਸੇਵਾ ਹੋਣੀ ਵੈਰੀ ਗੁਡ ਥੈਂਕ ਯੂ ਸੋ ਮਚ ਆਪਾਂ ਹੋ ਗਿਆ ਤਿਆਰ ਰੈਡੀ ਸੈਰੀ ਲੈਟਸ ਗੋ ਕਾਹਦੇ ਤੇ ਜਾਣਾ ਤੂੰ ਮੋਸਲ ਦੇ ਮੋਸਲ ਕਿੱਥੇ ਲਾਉਣਾ ਉਸ ਪਿਸੇ ਪਿਸੰਦਲ ਦੀ ਚੱਕੀ ਤੇ ਮੈਨੂੰ ਵੀ ਲੈ ਜੋ ਮੋਟਰਸਾਈਕਲ ਧਿਆਨ ਮੋਟਰਸਾਈਕਲ ਕਿਹੜਾ ਨਾ ਲੁਧਿਆਣੇ ਲੈ ਕੇ ਜਾਣਾ ਬਹੁਤ ਧੁੱਪ ਬੜੀ ਆ ਤੇ ਮੈਂ ਹੁਣ ਕੇ ਮੈਂ 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 ਕਿੱਦਾਂ ਕਿੱਦਾਂ ਜਾਣਾ ਅਤਸ਼ਮੇ ਨਹੀਂ ਬੰਨੇ ਐਡੇ ਹੁੰਦੇ ਆ ਪਹੁੰਚ ਗਏ
ਗੋਪੋ ਨੇ ਮੈਨੂੰ ਆ ਦਿੱਤਾ ਸਰਪ੍ਰਾਈਜ਼ ਏਸੀ। ਥੈਂਕ ਯੂ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ। ਆਪਣਾ ਵੋਲਟ ਮੀਟਰ ਨਵਾਂ ਵੀ ਆ ਗਿਆ, ਘੈਂਟ ਚੀਜ਼। ਆਹ ਕੀ ਨਿਕਲਿਆ ਵਿੱਚੋਂ? ਮੇਰੇ ਤੇਲ ਚਵਾਈ ਦੇ ਪੈਸੇ ਨੀ ਦਿੱਤੇ 50 ਰੁਪਏ। ਕੀ ਡੱਬਾ? ਓਪਨ ਨੀ ਹੋਣ ਦੇ, ਕਾਚੂ ਫੜੋ ਕਰ। ਨਹੀਂ ਮੰਮੀ ਏਦਾਂ ਹੱਥ ਹੈ ਓਪਨ ਨੀ ਕਰਨ ਦੇ। ਕੋਈ ਨੀ, ਨਾਲੇ ਮੈਂ ਲੈ ਆਉਣਾ ਕੁਛ ਖਾਣ ਨੂੰ, ਦੇ ਦਿੰਦੇ ਹਾਂ। ਆ ਤੇ ਕੀਤਾ ਨੀ ਪਾਈਪ ਨੀ ਪਤਾ ਮੈਨੂੰ, ਪੁੱਛੀਏ ਨਹੀਂ ਇੱਥੇ ਨੀ ਹੈਗੀ, ਆਹ ਆਂਦੇ ਇੱਥੇ ਨੀ ਹੈਗੀ, ਉੱਥੋਂ ਨੀ ਆ।
ਜੇ ਪਾਈਪ ਨਾ ਹੋਈ ਤੇ ਫਿਰ ਚਲੋ ਖੁਸ਼ ਆ ਹਾਂਜੀ ਤੇ ਇਹ ਸੀ ਕੋਕੂ ਹੁਣਾਂ ਲੈ ਆਏ ਸੀਗੇ ਤੇ ਆਪਾਂ ਓਪਨਿੰਗ ਕੀਤੀ ਤੁਸੀਂ ਸਾਰਿਆਂ ਨੇ ਦੇਖੀ ਹੈ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਸੀ ਕਿਵੇਂ ਵਧੀਆ ਹੈ ਨਾ ਕੰਪਨੀ ਵਗੈਰਾ ਕਿਵੇਂ ਅਤੇ ਵਧੀਆ ਆ ਅਤੇ ਬਾਕੀ ਸਰਪ੍ਰਾਈਜ਼ ਕਿੱਦਾਂ ਦਾ ਲੱਗਾ ਮੈਨੂੰ ਤਾਂ ਬਹੁਤ ਘੈਂਟ ਲੱਗਾ ਅਤੇ ਕਿਉਂਕਿ ਆਪਾਂ ਥੋੜ੍ਹੇ ਦਿਨ ਪਹਿਲਾਂ ਹਜੇ ਕੂਲਰ ਲਿਆਂਦਾ ਸੀਗਾ ਕੂਲਰ ਤਾਂ ਕਰਕੇ ਲਿਆਂਦਾ ਸੀ ਕਿ ਏ ਸੀ ਦਾ ਨਾ ਹਾਲੇ ਪਤਾ ਨਹੀਂ ਜਾਣੀ ਪੱਕਾ ਨਹੀਂ ਪਤਾ ਸੀਗਾ ਵੀ ਕਦੋਂ ਕੁ ਆਊਗਾ ਕਿਉਂਕਿ ਜਿਹੜਾ ਪੁਰਾਣਾ ਏ ਸੀ ਸੀਗਾ ਨਾ ਉਹ ਖਰਾਬ ਹੋ ਗਿਆ ਸੀਗਾ ਖਰਾਬ ਹੋ ਗਿਆ ਸੀ ਸਹੀ ਵੀ ਹੋ ਜਾਣਾ ਸੀ ਪਰ ਫਿਰ ਮੈਂ ਇਹਨਾਂ ਨੂੰ ਕਿਹਾ ਗੋਪੂ ਨੂੰ ਮੈਂ ਕਿਹਾ ਵੀ ਤੁਸੀਂ ਇੱਦਾਂ ਕਰੋ ਇਹਨੂੰ ਨਾ ਵੇਚ ਹੀ ਦਿਉ ਕਿਉਂਕਿ ਅਸੀਂ ਉਹਦੇ 'ਤੇ 2-3 ਵਾਰ ਪੈਸੇ ਲਾ ਦਿੱਤੇ ਸੀਗੇ ਅਤੇ ਜਦੋਂ ਕਿ ਫਿਰ ਗਰਮੀ ਹੁੰਦੀ ਸੀ ਉਹ ਫਿਰ ਉਹ ਜਿਹੜੀ ਟਕ 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 ਦੀ ਹੈ ਨਾ ਪ੍ਰੋਬਲਮ ਹੈ ਨਾ ਉਹ ਨਹੀਂ ਸੀ ਜਾਂਦੀ ਅਤੇ ਉਹਦੇ ਕਰਕੇ ਹੈ ਨਾ ਫਿਰ ਸਾਨੂੰ ਵੋਲਟਮੀਟਰ ਵੀ ਅਸੀਂ ਬੜੀ ਵਾਰੀ ਠੀਕ ਕਰਵਾਇਆ ਹੈ ਨਾ ਅਤੇ ਤਦ ਕਰਕੇ ਫਿਰ ਮੈਂ ਗੋਪੂ ਨੂੰ ਕਿਹਾ ਮੈਂ ਕਿਹਾ ਇਹਨੂੰ ਵੇਚ ਹੀ ਦਿਉ ਤੁਸੀਂ ਮੈਂ ਕਿਹਾ ਆਪਾਂ ਹੁਣ ਲਗਾਉਣਾ ਹੀ ਨਹੀਂ ਹੈਗਾ ਅਤੇ ਵੀ ਤੁਸੀਂ ਇੱਦਾਂ ਕਰੋ ਵੀ ਤੁਸੀਂ ਕੂਲਰ ਲਿਆਓ ਜਦ ਏ ਸੀ ਜਦੋਂ ਲਿਆ ਜਾਊਗਾ ਲਿਆ ਜਾਊਗਾ ਪਰ ਮੈਨੂੰ ਨਹੀਂ ਪਤਾ ਸੀਗਾ ਵੀ ਇੰਨੀ ਜਲਦੀ ਆ ਜਾਣਾ ਆ ਅਤੇ ਹਜੇ ਅਸੀਂ ਸ਼ੁੱਕਰ ਜਾਂ ਸ਼ਨੀ ਐਤਵਾਰ ਸ਼ਾਇਦ ਏ ਸੀ ਅਸੀਂ ਵੇਚਿਆ ਵਾ ਅਤੇ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਏ ਸੀ ਆ ਗਿਆ ਸੀ ਜਾਣੀ ਵੀਰਵਾਰ ਗੋਪੂ ਨੇ ਲੁਧਿਆਣੇ ਗਏ ਲੁਧਿਆਣੇ ਜਾ ਕੇ ਏ ਸੀ ਲਏ ਆ ਅਤੇ ਉਸ ਤੋਂ ਬਾਅਦ ਸ਼ੁੱਕਰਵਾਰ ਅੱਜ ਸ਼ੁੱਕਰਵਾਰ ਹੈ ਸ਼ੁੱਕਰਵਾਰ ਵਾਪਸ ਘਰੇ ਆ ਗਏ ਅਤੇ ਜਾਣੀ ਉਮੀਦ ਹੈ ਨਹੀਂ ਸੀ 4 ਦਿਨਾਂ ਦੇ ਵਿੱਚ ਏ ਸੀ ਸਾਡੇ ਘਰ ਆ ਗਿਆ ਦੁਬਾਰਾ ਅਤੇ ਬਹੁਤ ਖੁਸ਼ੀ ਆ ਮੈਨੂੰ ਚਲੋ ਪਰਮਾਤਮਾ ਦੀ ਬਹੁਤ ਕਿਰਪਾ ਆ ਹੈ ਨਾ ਵਾਹਿਗੁਰੂ ਦੀ ਅਤੇ ਬਾਕੀ ਹੈ ਨਾ ਕਿਸੇ ਨੇ ਕਮੈਂਟ ਕੀਤਾ ਸੀਗਾ ਪਿੱਛੇ ਜੇ ਮੈਂ ਬਲੌਗ ਪਾਇਆ ਸੀ ਕਹਿੰਦੇ ਕਿ ਤੁਹਾਡੇ ਸਿਸਟਰ ਜਿਹੜੇ ਆਏ ਆ ਮਤਲਬ ਉਹਨਾਂ ਨੂੰ ਆਪਣੇ ਹਸਬੈਂਡ ਦਾ ਨਹੀਂ ਧਿਆਨ ਹੈਗਾ ਜਾਂ ਆਪਣੇ ਬੱਚੇ ਦਾ ਨਹੀਂ ਨਾ ਧਿਆਨ ਹੈਗਾ ਅਤੇ ਇਕੱਲੇ ਆਏ ਆ ਅਤੇ ਮਗਰ ਆਪਣੀ ਫੈਮਿਲੀ ਵੀ ਦੇਖਣੀ ਪੈਂਦੀ ਆ ਐਕਚੁਅਲ ਦੇ ਵਿੱਚ ਉਹਦੀ ਮੈਰਿਜ ਹੈ ਨਾ ਹਿਮਾਚਲ ਹੋਈ ਆ ਅਤੇ ਭਾਅ ਜੀ ਜੋਬ ਇੱਥੇ ਕਰਦੇ ਆ ਲੁਧਿਆਣੇ ਦੇ ਵਿੱਚ ਤਦ ਕਰਕੇ ਉਹ ਲੁਧਿਆਣੇ ਹੀ ਰਹਿੰਦੇ ਆ ਮੇਰੀ ਮੰਮੀ ਉਹਨਾਂ ਦੇ ਕੋਲ ਮਤਲਬ ਇੱਦਾਂ ਕੋਲ ਨਹੀਂ ਇੱਕ ਘਰ ਦੇ ਵਿੱਚ ਨਹੀਂ ਥੋੜ੍ਹਾ ਫਰਕ ਨਾਲ ਆ 5-10 ਮਿੰਟ ਦਾ ਰਸਤਾ ਵਾ ਅਤੇ ਇੱਦਾਂ ਰਹਿੰਦੇ ਭਾਅ ਜੀ ਦਾ ਤਾਂ ਰੋਟੀ ਪਾਣੀ ਦਾ ਸਿਸਟਮ ਆ ਨਾ ਉੱਧਰੋਂ ਮੰਮੀ ਹੁਣੀ ਕੋਲ ਆ ਰੋਟੀ ਦੀ ਤਾਂ ਬਿਲਕੁਲ ਵੀ ਦਿੱਕਤ ਨਹੀਂ ਹੈਗੀ ਅਤੇ ਬੇਬੀ ਅਜੇ ਉਹਦੇ ਹੈ ਨਹੀਂ ਅਤੇ ਬਾਕੀ ਫਿਰ ਅਗਲਾ ਕਮੈਂਟ ਕਿਸੇ ਨੇ ਕੀਤਾ ਸੀਗਾ ਕਿ ਤੁਹਾਡੀ ਸਿਸਟਰ ਦਾ ਰਿਸ਼ਤਾ ਹੋਇਆ ਤਾਂ ਨਹੀਂ ਕਿਤੇ ਕਿ ਤੁਸੀਂ ਦਿੱਲੀ ਕਰਨਾ ਚਾਹੋਗੇ ਅਤੇ ਮੈਂ ਉਹਨਾਂ ਨੂੰ ਇਹ ਗੱਲ ਦੱਸਦਾ ਮੇਰੀ ਭੈਣ ਮੈਰਿਡ ਆ ਮੇਰੇ ਤੋਂ ਵੀ ਪਹਿਲਾਂ ਤਾਂ ਉਹਦਾ ਵਿਆਹ ਹੋਇਆ ਹੋਇਆ ਹੈਗੀ ਮੇਰੇ ਤੋਂ ਛੋਟੀ ਆ ਬਟ ਮੇਰੀ ਮੈਰਿਜ ਨਾਲੋਂ ਪਹਿਲਾਂ ਉਹਦਾ ਵਿਆਹ ਹੋਇਆ ਹੋਇਆ ਵਾ ਅੱਜ ਤੁਹਾਡੇ ਸਾਰਿਆਂ ਨਾਲ ਫਾਈਨਲ ਕਰ ਹੀ ਦਿੰਦੀ ਹਾਂ ਕਿ ਉਹ ਮੈਰਿਡ ਆ ਉਹ ਅਨਮੈਰਿਡ ਨਹੀਂ ਹੈਗੀ
ਅਤੇ ਉਹਦੇ ਬੇਬੀ ਨਹੀਂ ਹੈਗਾ ਅਤੇ ਗੱਲ ਭਾਅ ਜੀ ਦੀ ਆ ਰੋਟੀ ਦੀ ਅਤੇ ਉਹ ਮੰਮੀ ਆਪੇ ਦੇ ਦਿੰਦੇ ਆ ਪਹਿਲੀ ਜਦੋਂ ਦਾ ਸਾਡਾ ਵਿਆਹ ਹੋਇਆ ਨਾ ਅਤੇ ਉਹ ਪਹਿਲੀ ਵਾਰੀ ਮਤਲਬ ਰਹਿਣ ਆਈ ਸੀ ਵਿਚਾਰੀ ਅਤੇ ਉਹ ਵੀ ਸਾਡਾ ਏ ਸੀ ਖਰਾਬ ਹੋ ਗਿਆ ਬੜੀ ਅਸੀਂ ਰਾਤ ਦਿਨ ਰੋ ਰੋ ਕੇ ਕੱਟਿਆ ਫਿਰ ਜਿੱਦਣ ਅਸੀਂ ਫਿਰ ਏ ਸੀ ਵੇਚਦਾ ਸੀਗਾ ਫਿਰ ਉੱਦਣ ਨਾਲ ਹੀ ਅਸੀਂ ਕੂਲਰ ਲੈ ਆਉਂਦਾ ਸੀਗਾ ਹੈ ਨਾ ਇੱਕ ਪਾਲਕੀ ਸਾਹਿਬ ਹੈ ਨਾ ਤੁਹਾਨੂੰ ਜਿੱਦਾਂ ਦੱਸਿਆ ਸਾਰਿਆਂ ਨੂੰ ਦੇਖਿਆ ਹੋਣਾ ਉਹ ਲੈ ਕੇ ਆਏ ਹੈ ਨਾ ਅਤੇ ਫਿਰ ਏ ਸੀ ਬਿਨਾਂ ਵੀ ਔਖਾ ਸੀ ਚਲੋ ਏ ਸੀ ਵੀ ਹੈ ਨਾ ਆਈ ਗਿਆ ਹੁਣ ਅਤੇ ਹੌਲੀ ਹੌਲੀ ਇੱਦਾਂ ਘਰ ਦੀਆਂ ਚੀਜ਼ਾਂ ਬਣਦੀਆਂ ਜਾਂਦੀਆਂ ਆ ਅਤੇ ਬਣ ਜਾਣੀਆਂ ਹੀ ਆ ਅਤੇ ਹੁਣ ਬਸ ਇੱਕ ਚੀਜ਼ ਅਸੀਂ ਹੋਰ ਬਣਾਉਣੀ ਆ ਚਲੋ ਵਾਹਿਗੁਰੂ ਮਿਹਰ ਕਰੇ ਹੈ ਨਾ ਬਹੁਤ ਛੇਤੀ ਅਤੇ ਵੀ ਤੁਹਾਡੇ ਨਾਲ ਵੀ ਉਹ ਗੱਲ ਆਪਾਂ ਜਿਹੜੀ ਆ ਸਾਂਝੀ ਕਰਾਂਗੇ ਪਰ ਹਾਂ ਉਹ ਸਾਡੀ ਹੋ ਜਾਵੇ ਫਿਰ ਠੀਕ ਆ ਅਤੇ ਮਤਲਬ ਹਾਲੇ ਤਾਂ ਗੱਲ ਹੀ ਚੱਲ ਰਹੀ ਆ ਅਤੇ ਬਾਕੀ ਜੇ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਜਿਹੜਾ ਸਰਪ੍ਰਾਈਜ਼ ਆ ਕਿੱਦਾਂ ਦਾ ਲੱਗਾ ਆ ਗੋਪੂ ਨੇ ਉੱਥੇ ਜਾ ਕੇ ਵਲੋਗ ਨਹੀਂ ਬਣਾਇਆ ਕਿਉਂਕਿ ਟਾਈਮ ਹੀ ਨਹੀਂ ਸੀ ਇੱਥੇ ਉਹ ਜਾਣੀ ਇੱਥੋਂ ਤੁਰੇ ਆ ਲੇਟ ਹੀ ਤੁਰੇ ਆ ਉੱਥੇ ਪੰਜ ਕੁ ਵਜੇ ਉੱਥੇ ਪਹੁੰਚੇ ਆ ਲੁਧਿਆਣੇ ਅਤੇ ਲੁਧਿਆਣੇ ਪਹੁੰਚ ਕੇ ਫਿਰ ਥੋੜ੍ਹਾ ਟਾਈਮ ਰੈਸਟ ਵਗੈਰਾ ਕੀਤੀ ਆ ਹੈ ਨਾ ਫਿਰ ਏ ਸੀ ਵਾਲਾ ਦੇਣ ਆ ਗਿਆ ਏ ਸੀ ਅਤੇ ਕਹਿੰਦੇ ਮੇਰਾ ਟਾਈਮ ਹੀ ਨਹੀਂ ਲੱਗਿਆ ਅਤੇ ਸਵੇਰੇ ਸਵਸਥ ਹੀ 6 ਵਜੇ ਇਹ ਉੱਧਰੋਂ ਬਹਿ ਕੇ ਆ ਗਏ ਬੱਸੇ ਅਤੇ 10 ਵਜੇ ਇਹ ਇੱਥੇ ਘਰ ਪਹੁੰਚ ਗਿਆ ਅਤੇ ਤਦ ਕਰਕੇ ਉੱਥੇ ਵਲੋਗਿੰਗ ਕਰਨ ਦਾ ਬਿਲਕੁਲ ਟਾਈਮ ਨਹੀਂ ਲੱਗਾ ਰਾਤ ਇਹ ਉੱਧਰ ਭੈਣ ਘਰ ਹੀ ਰਹੇ ਸੀਗੇ ਹਾਂਜੀ ਕੀ ਹੋਇਆ ਗੋਪੂ ਨੇ ਇੱਕ ਹੋਰ ਪੰਗਾ ਪਾਤਾ ਬਹੁਤ ਵੱਡਾ ਅਤੇ ਸਾਡੇ ਘਰ ਮੈਂ ਵੇਖਿਆ ਵਾ ਜਦੋਂ ਵੀ ਕੋਈ ਵੀ ਨਾ ਨਵੀਂ ਚੀਜ਼ ਆਉਂਦੀ ਆ ਜ਼ਿਆਦਾ ਲੜਾਈ ਹੋ ਜਾਂਦੀ ਆ ਕਿਸੇ ਨਾਲ ਕੋਈ ਜਾਂ ਸਾਡੇ ਨਾਲ ਲੜਾਈ ਕਰ ਲੈਂਦਾ ਵਾ ਹੈ ਨਾ ਜਾਂ ਸਾਡੀ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਅਤੇ ਅੱਜ ਉਹੀ ਗੱਲ ਹੋਈ ਅਤੇ ਗੋਪੂ ਹੈ ਨਾ ਉਹ ਲੈਣ ਗਏ ਸੀਗੇ ਡੱਬਾ ਮਠਿਆਈ ਲੈਣ ਗਏ ਸੀਗੇ ਅਤੇ ਰਸਤੇ ਦੇ ਵਿੱਚ ਕਹਿੰਦੇ ਮੈਂ ਪੈਟਰੋਲ ਪਵਾਇਆ ਉਦੋਂ ਮੇਰੀ ਜੇਬ 'ਚ ਪਰਸ ਹੈਗਾ ਸੀਗਾ ਅਤੇ ਜਦੋਂ ਵੀ ਉੱਥੇ ਸ਼ੋਪ 'ਤੇ ਪਹੁੰਚੇ ਅਤੇ ਉਦੋਂ ਪਰਸ ਹੈ ਨਹੀਂ ਸੀਗਾ ਜੇਬ ਦੇ ਵਿੱਚ ਅਤੇ ਸਾਰੇ ਰਸਤੇ ਵੀ ਦੇਖਦੇ ਆਏ ਅਤੇ ਡਿੱਗ ਗਿਆ ਉਹਦੇ ਵਿੱਚ ਏ ਟੀ ਐੱਮ ਆਧਾਰ ਕਾਰਡ ਔਰ ਮੇਰਾ ਆਧਾਰ ਕਾਰਡ ਪਿੰਨ ਕਾਰਡ ਜਾਣੀ ਸਾਰੇ ਡਾਕੂਮੈਂਟ ਉਹਦੇ ਵਿੱਚ ਆ ਪੈਸੇ ਹਜੇ ਘੱਟ ਸੀਗੇ ਪੈਸਿਆਂ ਦੀ ਸਾਨੂੰ ਟੈਨਸ਼ਨ ਨਹੀਂ ਹੈਗਾ ਬਟ ਉਹ ਜਿਹੜੇ ਡਾਕੂਮੈਂਟ ਆ ਨਾ ਉਹ ਨਹੀਂ ਦੁਬਾਰਾ ਪੜ੍ਹਨੇ ਉਹਦੇ ਕਰਕੇ ਆ ਚਲੋ ਜੇ ਪੈਸਿਆਂ ਦੀ ਟੈਨਸ਼ਨ ਨਹੀਂ ਹੈਗੀ ਡਾਕੂਮੈਂਟ ਦੀ ਟੈਨਸ਼ਨ ਆ ਅਤੇ ਲੱਭ ਵੀ ਜਾਵੇ ਹੈ ਨਾ ਹੁਣ ਕਿਉਂਕਿ ਮੇਰਾ ਆਧਾਰ ਕਾਰਡ ਵੀ ਆ ਏ ਟੀ ਐੱਮ ਵੀ ਆ ਸਾਡੇ ਅਤੇ ਬਹੁਤ ਵੱਡਾ ਹੋ ਗਿਆ ਨੁਕਸਾਨ ਮਿਲਦੇ ਤੁਹਾਨੂੰ ਥੋੜ੍ਹੀ ਦੇਰ ਤੱਕ ਲੱਭ ਜੇ ਤਾਂ Thank you.